Shabash, clapping for her. Guys, today we are going to do a new root word, that is hydro. H-Y-T-R-O, hydro. It is a root word that is taken from Greek. Greek word that is hydro. And its meaning is water, pani. Hydro da ki matlab hai? Shabash, uchi bolya karo beta, jadon main thonu puch rahi hun ya. ਤਾਂ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨੀ ਹੈ ਹਾਈਡਰੋ ਦਾ ਮਤਲਬ ਕੀ ਹੈ ਪਾਣੀ ਵੈਰੀ ਗੁੱਡ ਤੇ ਸਾਡਾ ਫਰਸਟ ਜੋ ਰੂਟ ਵਰਡ ਹੈ ਉਹਦੇ ਨਾਲ ਰਿਲੇਟਡ ਵਰਡ ਜਿਹੜੇ ਹੈ ਫਰਸਟ ਵਰਡ ਹੈ ਹਾਈਡਰੋਸਫੀਅਰ ਹਾਈਡਰੋ ਦਾ ਮਤਲਬ ਹੈ ਪਾਣੀ ਤੇ ਸਫੀਅਰ ਕਹਿੰਦੇ ਹੈ ਧਰਤੀ ਦੀ ਸਤਾ ਨੂੰ ਤੁਸੀਂ ਦੇਖਿਆ ਹੋਵੇਗਾ ਸਮੁੰਦਰਾਂ ਦੇ ਵਿੱਚ ਝੀਲਾਂ ਦੇ ਵਿੱਚ ਧਰਤੀ ਦੇ ਹੇਠਾਂ ਗਰਾਊਂਡ ਵਾਟਰ ਜੋ ਹੁੰਦਾ ਹੈ ਅੰਡਰਗਰਾਊਂਡ ਵਾਟਰ ਹੁੰਦਾ ਹੈ ਇਹ ਸਾਰੇ ਜਿਹੜੇ ਹੈ ਹਾਈਡਰੋਸਫੀਅਰ ਦੇ ਹੀ ਪ੍ਰਕਾਰ ਹਨ ਉਸ ਦੇ ਹੀ ਹਿੱਸੇ ਹਨ ਇਸ ਕਰਕੇ ਹਾਈਡਰੋਸਫੀਅਰ ਦਾ ਮਤਲਬ ਹੋਏਗਾ ਜਲ ਮੰਡਲ ਹਾਈਡਰੋਸਫੀਅਰ ਦਾ ਕੀ ਮਤਲਬ ਹੈ ਸ਼ਾਬਾਸ਼ ਸੈਕਿੰਡ ਜੋ ਵਰਡ ਹੈ ਦੈਟ ਇਜ਼ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਉਹ ਪ੍ਰੋਸੈਸ ਹੈ ਜਿਸ ਦੇ ਨਾਲ ਕਿਸੇ ਵਿਅਕਤੀ ਦੇ ਅੰਦਰੋਂ ਜਾਂ ਕਿਸੇ ਚੀਜ਼ ਦੇ ਵਿੱਚੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਪਾਣੀ ਲੂਜ਼ ਹੋ ਜਾਂਦਾ ਹੈ ਉਸਨੂੰ ਡੀਹਾਈਡਰੇਸ਼ਨ ਕਹਿੰਦੇ ਹਨ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਕੋਈ ਖਿਡਾਰੀ ਖੇਡਾਂ ਕਰਦੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਉਹ ਵੀ ਇੱਕ ਡੀਹਾਈਡਰੇਸ਼ਨ ਦਾ ਪ੍ਰਕਾਰ ਹੈ ਜਾਂ ਫਿਰ ਤੁਹਾਨੂੰ ਕਿਸੇ ਟਾਈਮ ਹੋ ਸਕਦਾ ਵੋਮਿਟ ਲੱਗ ਜਾਣ ਕੋਈ ਬੰਦਾ ਬਿਮਾਰ ਹੋ ਜਾਏ ਲੂਜ਼ ਮੋਸ਼ਨਸ ਹੋ ਜਾਣ ਤਾਂ ਉਹਦੇ ਨਾਲ ਵੀ ਪਾਣੀ ਦੀ ਕਮੀ ਹੋ ਜਾਂਦੀ ਹੈ ਡੀਹਾਈਡਰੇਸ਼ਨ ਦਾ ਕੀ ਮਤਲਬ ਹੈ ਪਾਣੀ ਦੀ ਕਮੀ ਹੋਣਾ ਸਰੀਰ ਦੇ ਵਿੱਚੋਂ ਪਾਣੀ ਦਾ ਘਟਣਾ ਉਹਨੂੰ ਕੀ ਕਹਿੰਦੇ ਹੈ ਡੀਹਾਈਡਰੇਸ਼ਨ ਕੀ ਕਹਿੰਦੇ ਉਹਨੂੰ ਵੈਰੀ ਗੁੱਡ ਥਰਡ ਜੋ ਵਰਡ ਹੈ ਦੈਟ ਇਜ਼ ਹਾਈਡਰੋ ਇਲੈਕਟ੍ਰਿਸਿਟੀ ਇਲੈਕਟ੍ਰਿਸਿਟੀ ਦਾ ਮਤਲਬ ਕੀ ਹੈ ਉੱਚੀ ਬੋਲੋ ਸ਼ਾਬਾਸ਼ ਤੇ ਹਾਈਡਰੋ ਦਾ ਮਤਲਬ ਕੀ ਹੈ ਪਾਣੀ ਵੈਰੀ ਗੁੱਡ ਤੇ ਹਾਈਡਰੋ ਇਲੈਕਟ੍ਰਿਸਿਟੀ ਕੀ ਹੁੰਦੀ ਹੈ ਪਨ ਬਿਜਲੀ ਇਸ ਦਾ ਮਤਲਬ ਕਿ ਜੋ ਵਾਟਰ ਦਾ ਫੋਰਸ ਹੈ ਉਸ ਦੇ ਨਾਲ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਉਸ ਨੂੰ ਕੀ ਆਪਾਂ ਕਹਿੰਦੇ ਹਾਂ ਹਾਈਡਰੋ ਇਲੈਕਟ੍ਰਿਸਿਟੀ ਠੀਕ ਹੈ ਹਾਈਡਰੋ ਇਲੈਕਟ੍ਰਿਸਿਟੀ ਕੀ ਹੈ ਇਲੈਕਟ੍ਰਿਸਿਟੀ ਪ੍ਰੋਡਿਊਸਡ ਯੂਜ਼ਿੰਗ ਫੋਰਸ ਆਫ ਵਾਟਰ ਦੈਟ ਇਜ਼ ਹਾਈਡਰੋ ਇਲੈਕਟ੍ਰਿਸਿਟੀ ਸ਼ਾਬਾਸ਼ ਉਸ ਤੋਂ ਬਾਅਦ ਨੈਕਸਟ ਜੋ ਵਰਡ ਹੈ ਦੈਟ ਇਜ਼ ਹਾਈਡਰੋਜਨ ਹਾਈਡਰੋਜਨ ਤੁਸੀਂ ਸੁਣਿਆ ਹੋਏਗਾ ਸਾਇੰਸ ਦੇ ਵਿੱਚ ਪੜ੍ਹਦੇ ਹੋ ਤੁਸੀਂ ਹਾਈਡਰੋਜਨ ਕੀ ਹੈ ਉੱਚੀ ਬੋਲੋ ਵੈਰੀ ਗੁੱਡ ਹਾਈਡਰੋਜਨ ਜੋ ਹੈ ਉਹ ਗੈਸ ਹੈ ਕੈਮੀਕਲ ਐਲੀਮੈਂਟ ਹੈ ਠੀਕ ਹੈ ਤੇ ਜੋ ਹਾਈਡਰੋਜਨ ਹੈ ਉਸ ਨੂੰ ਜਦੋਂ ਅਸੀਂ ਆਕਸੀਜਨ ਦੇ ਨਾਲ ਮਿਲਾਉਂਦੇ ਹਾਂ ਤਾਂ ਕੀ ਬਣਦਾ ਹੈ ਹਾਈਡਰੋਜਨ ਤੇ ਆਕਸੀਜਨ ਨੂੰ ਜਦੋਂ ਮਿਲਾਉਂਦੇ ਆਪਾਂ ਕੀ ਬਣਦਾ ਹੈ ਪਾਣੀ ਹਾਈਡਰੋਜਨ ਦੇ ਵਿੱਚ ਵੀ ਹਾਈਡਰੋ ਵਰਡ ਹੈ ਨਾ ਹਾਈਡਰੋਜਨ ਦੇ ਵਿੱਚ ਹਾਈਡਰੋ ਵਰਡ ਆਉਂਦਾ ਹੈ ਤੇ ਜੋ ਹਾਈਡਰੋਜਨ ਹੈ ਉਹ ਇੱਕ ਗੈਸ ਹੈ ਔਰ ਇਹ ਸਭ ਤੋਂ ਲਾਈਟ ਗੈਸ ਹੁੰਦੀ ਹੈ ਮਤਲਬ ਗੈਸਿਸ ਦੀਆਂ ਜਿੰਨੀਆਂ ਫਾਰਮਸ ਹੈ ਉਹਦੇ ਵਿੱਚੋਂ ਸਭ ਤੋਂ ਲਾਈਟ ਗੈਸ ਜਿਹੜੀ ਹੈ ਉਹ ਹਾਈਡਰੋਜਨ ਹੁੰਦੀ ਹੈ ਠੀਕ ਹੈ ਤੋ ਅੱਜ ਦੇ ਚਾਰ ਵਰਡ ਅਸੀਂ ਕਰ ਲਏ ਹੁਣ ਪੰਜਾਬੀ ਦਾ ਜਿਹੜਾ ਵਰਡ ਹੈ ਉਹ ਹੈ ਜਰਨੈਲੀ ਸੜਕ ਜਰਨੈਲੀ ਸੜਕ ਨੂੰ ਇੰਗਲਿਸ਼ ਵਿੱਚ ਕਹਿੰਦੇ ਹਨ ਹਾਈਵੇ ਜਰਨੈਲੀ ਸੜਕ ਨੂੰ ਕੀ ਕਹਿੰਦੇ ਇੰਗਲਿਸ਼ ਵਿੱਚ ਹਾਈਵੇ ਵੈਰੀ ਗੁੱਡ